गुरदासपुर के कस्बा कलनौर विच इकट्ठियां होईयां राजनीतिक पार्टियां दे नाल संबंध रखण वाले स्थानक नेतावां अते व्यापारी वर्ग दे वल्लों एक मंच उत्ते इकट्ठे हो के सरकार अते जिला प्रशासन दे खिलाफ रोस मार्च कढ़िया गया। इस रोस मार्च दा मुख कारण सी कि सरकार वल्लों कलनौर विच सब तहसील नूं बंद करके उस नूं डेरा बाबा नानक विच चल रही तहसील नाल जोड़िया जा रहा है। उत्थे इन्हां लोकां दा कहना है कि कस्बा कलनौर दे नाल सैकड़े पिंड जुड़े हन अते ओह लोग अपने सरकारी काम दे लई कलनौर दफ्तर विच जांदे हन अते हुण सरकार दे इस फैसले दे बाद लोकां नूं कई मुश्किलां दा सामना करना पवेगा। उत्थे ही लोकां दा कहना सी कि ओह कई सालां तों राज सरकार नूं कलनौर नूं तहसील दा दर्जा देण दी मंग करदे आए हन, लेकिन उन्हां दी मंग पूरी करन दे उल्ट सरकार उन्हां दे कस्बे विचों सब तहसील दा दफ्तर भी बंद करन जा रही है। उत्थे ही इन्हां लोकां दे वल्लों अपनियां मंगां नूं लै के सरकार अते जिला प्रशासन दे खिलाफ मोर्चा खोलदे होए भुख हड़ताल शुरू कर दित्ती गई। ਕੋਈ ਮੁੱਦੇ ਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਜੀ। ਇਹ ਮੁੱਦਾ ਸਾਡਾ ਵਾ ਵੀ ਕਲਾਨੌਰ ਤਹਿਸੀਲ ਨੂੰ ਸਾਨੂੰ ਗੁਰਦਾਸਪੁਰ ਨੂੰ ਲਾ ਕੇ ਡੇਰਾ ਬਾਬਾ ਨਾਨਕ ਨਾਲ ਜੋੜਿਆ ਜਾ ਰਿਹਾ, ਜਿਹੜਾ ਕਿ ਬਿਲਕੁਲ ਹੀ ਸਾਡਾ ਗੈਰ ਵਾਜਬ ਹੈ। ਇਹ ਪਹਿਲਾਂ ਵੀ ਇੱਕ ਵਾਰ ਕਾਂਗਰਸ ਸਰਕਾਰ ਨੇ ਇਸ ਤਰ੍ਹਾਂ ਕੀਤਾ ਸੀ, ਜਦੋਂ ਬੇਅੰਤ ਸਿੰਘ ਸਰਕਾਰ ਸੀ ਜੋ ਡੇਰਾ ਬਾਬਾ ਨਾਨਕ ਤਹਿਸੀਲ ਬਣੀ ਆ, ਉਦੋਂ ਸਾਡੀ ਸਭ ਤਹਿਸੀਲ ਦਾ ਏਰੀਆ ਜਿਹੜਾ ਸੀ ਇਹ ਡੇਰਾ ਬਾਬਾ ਨਾਨਕ ਨਾਲ ਜੋੜਤਾ ਗਿਆ ਸੀ। ਉਦੋਂ ਵੀ ਲੋਕਾਂ ਸੰਘਰਸ਼ ਕਰਕੇ ਆਪਣੀ ਜਿਹੜੀ ਪੁਰਾਣੀ ਪੋਜੀਸ਼ਨ ਸੀ ਉਹਨੂੰ ਬਹਾਲ ਕਰਾਇਆ ਸੀ। ਅਤੇ ਹੁਣ ਸਾਡੇ ਇਲਾਕੇ ਦੀ ਮੰਗ ਆ ਵੀ ਉਹ 80 ਪਿੰਡਾਂ ਦੀ ਤਹਿਸੀਲ ਜੇ ਚੱਲ ਸਕਦੀ ਆ ਤਾਂ ਸਾਡੇ ਤਾਂ 116 ਪਿੰਡ ਨੇ, 116 ਪਿੰਡਾਂ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ, ਸਾਡੀ ਸਬ ਡਿਵੀਜ਼ਨ ਕਲਾਨੌਰ ਬਣ ਜਾਵੇ। ਇਹ ਕਦੀ ਦੇਸ਼ ਦੀ ਰਾਜਧਾਨੀ ਰਿਹਾ, ਕਦੀ ਪੰਜਾਬ ਦੀ ਰਾਜਧਾਨੀ ਵੀ ਰਿਹਾ, ਕਦੀ ਡਿਸਟ੍ਰਿਕਟ ਹੈੱਡਕੁਆਰਟਰ ਵੀ ਇਹ ਕਸਬਾ ਰਿਹਾ। ਇਹਦਾ ਇਤਿਹਾਸ ਵੀ ਆ ਵੀ ਹਿੰਦੁਸਤਾਨ ਜਦੋਂ ਦਰਾ ਖੈਬਰ ਤੱਕ ਸੀਗਾ ਉਦੋਂ ਹਿੰਦੁਸਤਾਨ ਦੀ ਰਾਜਧਾਨੀ ਰਿਹਾ ਹੈ। ਅਤੇ ਅੱਜ ਸਾਨੂੰ ਇਹ ਤਹਿਸੀਲ ਤੋਂ ਵੀ ਵਾਂਝਾ ਕੀਤਾ ਜਾ ਰਿਹਾ, ਸਾਡਾ ਪੁਲਿਸ ਜ਼ਿਲ੍ਹਾ ਬਟਾਲੇ ਨਾਲ ਜੋੜਿਆ ਜਾ ਰਿਹਾ, ਜਿਹੜੀ ਬੜੀ ਜੱਦੋਜਹਿਦ ਤੋਂ ਬਾਅਦ ਲੋਕਾਂ ਨੇ ਗੁਰਦਾਸਪੁਰ ਨਾਲ ਸਾਡਾ ਹੁਣ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਹੀ ਜਾਂਦੇ ਸਾਂ, ਸਾਰੇ ਦਫ਼ਤਰ ਉੱਥੇ ਸਨ, ਸਾਰੇ ਅਧਿਕਾਰੀਆਂ ਨੂੰ ਅਸੀਂ ਮਿਲਾਉਂਦੇ ਸਾਂ, ਸਾਡਾ ਹਰ ਮਸਲਾ ਜਿਹੜਾ ਸੀ ਉੱਥੇ ਸੁਣਿਆ ਜਾਂਦਾ ਸੀ, ਹੱਲ ਭਾਵੇਂ ਨਾ ਹੋਏ ਤਾਂ ਭਾਵੇਂ ਨਾ ਹੋਏ। ਇੱਥੇ ਡੇਰਾ ਬਾਬਾ ਨਾਨਕ 'ਤੇ ਹਾਲਤ ਇਹ ਆ ਵੀ ਸਾਰੇ ਮਹੀਨੇ 'ਚ 3 ਦਿਨ SDM ਨਹੀਂ ਬੈਠਦਾ, 3-4 ਦਿਨ ਤੋਂ ਵੱਧ ਨਹੀਂ ਬੈਠਦੇ। ਅਤੇ ਸਾਨੂੰ ਇਹ ਨਸੀਹਤ ਵੀ ਬੜੀ ਆ ਡੇਰਾ ਬਾਬਾ ਨਾਨਕ ਨੂੰ ਆਉਣ ਜਾਣ ਦਾ ਸਾਧਨ ਕੋਈ ਨਹੀਂ, ਅਤੇ ਇਹ ਸਾਡੀ ਇਹ ਮੰਗ ਆ ਵੀ ਸਾਡੀ ਇਹ ਕਲਾਨੌਰ ਕਸਬੇ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ। ਜੇ ਨਹੀਂ ਦਰਜਾ ਦੇ ਸਕਦੀ ਇਹ ਸਰਕਾਰ, ਇਹਨਾਂ ਦੇ ਕੋਲ ਨਹੀਂ ਸਾਨੂੰ ਕੁਝ ਵੀ ਦੇਣ ਨੂੰ ਅੱਜ ਤੱਕ ਸਾਨੂੰ ਦਿੱਤਾ ਅਤੇ ਕੁਝ ਵੀ ਨਹੀਂ ਇਸ ਏਰੀਏ 'ਚ 70 ਸਾਲਾਂ ਦੇ ਰਾਜ 'ਚ, ਨਾ ਕੋਈ ਸਾਡੀ ਖੰਡ ਮਿਲ ਲਾਈ, ਨਾ ਇੱਥੇ ਡਿਗਰੀ ਕਾਲਜ ਬਣਾਇਆ, ਨਾ ਇੱਥੇ ਕੋਈ ਸਾਡਾ ਖੇਤੀ ਦੇ ਆਧਾਰਿਤ ਕੋਈ ਸਨਅਤ ਲਾਈ ਜਿਹਦੇ 'ਚ ਸਾਡੇ ਬੱਚੇ ਕੰਮ ਕਰ ਸਕਣ। ਅਤੇ ਜਿਹੜੀ ਇਹ ਮਾੜੀ ਮੋਟੀ ਸਹੂਲਤ ਸਾਨੂੰ ਮਿਲੀ ਹੈ, ਸਰਕਾਰ ਨੇ ਖੋਹਣ ਦਾ ਜਿਹੜਾ ਮਨਸੂਬਾ ਬਣਾਇਆ ਇਹਦੇ ਖਿਲਾਫ ਆਹ ਲੜਨ ਦਾ ਸੰਘਰਸ਼ ਕੀਤਾ। ਪਿੰਡ ਡੇਰੇ ਬਾਬਾ ਨਾਨਕ ਦੇ ਪਿੰਡ 80 ਨੇ ਔਰ ਸਾਡੇ 116 ਪਿੰਡ ਸਾਡੇ ਇਸ ਆਪਣੇ ਜਿਹੜੇ ਆਪਣੇ ਏਰੀਏ ਦੇ ਆਬਾਦੀ ਵਿੱਚ ਆਬਾਦੀ ਸਾਡੀ ਵੱਧ ਵਾ ਔਰ ਸਾਂਝਾ ਆਪਣੇ ਸਾਡਾ ਸੈਂਟਰ ਪੁਆਇੰਟ ਪੈ ਜਾਂਦਾ ਕਲਾਨੌਰ, ਇਹ ਡੇਰਾ ਬੰਨਾ ਥੋੜ੍ਹਾ ਜਿਹਾ ਤੁਹਾਨੂੰ ਆਊਟਸਾਈਡ ਪੈ ਜਾਂਦਾ ਅਤੇ ਸਾਨੂੰ ਪੂਰਾ ਦਰਜਾ ਮਿਲਣਾ ਚਾਹੀਦਾ, ਅਗਰ ਨਹੀਂ ਤਾਂ ਸਾਨੂੰ ਗੁਰਦਾਸਪੁਰ ਦੇ ਨਾਲ ਹੀ ਆਪਣੇ ਜਿਹੜਾ ਉਹ ਸਾਨੂੰ ਰਹਿਣ ਦੇਣਾ ਚਾਹੀਦਾ ਵਾ। ਇਸ ਦੇ ਨਾਲ ਸਾਨੂੰ ਕਾਫੀ ਪਰੇਸ਼ਾਨੀ ਬਣੀ ਆ ਔਰ ਇਸ ਦੇ ਖਿਲਾਫ ਆਪਾਂ ਸਿਆਸਤ ਤੋਂ ਉੱਪਰ ਉੱਠ ਕੇ ਆਪਾਂ ਸਾਰੀਆਂ ਧਿਰਾਂ ਦੇ ਇੱਕ ਪਲੇਟਫਾਰਮ 'ਤੇ ਆ ਕੇ ਇਸ ਦੇ ਖਿਲਾਫ ਲੜਾਈ ਲੈਣ ਦਾ ਫੈਸਲਾ ਕੀਤਾ। ਇਹ 'ਚ ਕੋਈ ਸਿਆਸੀ ਚੱਕਰ ਕੋਈ ਨਹੀਂ ਹੈ, ਇਹ ਸਾਡੇ ਨਿੱਜੀ ਹਿੱਤਾਂ 'ਤੇ ਜੋ ਖਿਲਾਵਟ ਹੋ ਰਹੀ ਆ ਉਹਦੇ ਖਿਲਾਫ ਆਪਾਂ ਲੜਾਈ ਲੜਨ ਦਾ ਜਿਹੜਾ ਫੈਸਲਾ ਕੀਤਾ। ਇਸ ਤਰ੍ਹਾਂ ਜੀ ਵਪਾਰ ਨੂੰ ਵੀ ਬਹੁਤ ਨੁਕਸਾਨ ਹੋਏਗਾ ਇਹਦੇ ਨਾਲ। ਕਲਾਨੌਰ ਦੇ ਵਿੱਚ ਨਾ ਕੋਈ ਇੰਡਸਟਰੀ ਆ, ਨਾ ਇੱਥੇ ਕੋਈ ਇਹੋ ਜਿਹੀ ਕੋਈ ਨਹੀਂ ਆ ਵੀ ਲੋਕਾਂ ਦਾ ਜਿਹੜਾ ਆਵਾਜਾਈ ਬਣੀ ਰਹੇ। ਇੱਕ ਤਹਿਸੀਲ ਅਤੇ ਬਲਾਕ, ਇਹਦੇ ਨਾਲ ਲੋਕਾਂ ਦੀ ਇੱਥੇ ਆਵਾਜਾਈ ਬਣੀ ਦੀ ਆ। ਜੇ ਤਹਿਸੀਲ ਵੀ ਸਾਡੇ ਕੋਲ ਚੱਲ ਜਾਏਗੀ ਤੁਹਾਡੇ ਸ਼ਹਿਰ 'ਚ ਤਾਂ ਉਜਾੜ ਪੈ ਜਾਏਗੀ। ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਵੀ ਹੋਰ ਤਾਂ ਕੁਝ ਨਹੀਂ ਦਿੱਤਾ, ਕਮ ਸੋ ਕਮ ਜਿਹੜਾ ਸਾਡੇ ਕੋਲ ਹੈਗਾ ਉਹ ਤਾਂ ਰਹਿਣ ਦਿਓ। ਇਸ ਕਰਕੇ ਸਾਡੀ ਇਹੋ ਹੀ ਮੰਗ ਵਾ ਕਿ ਇਹਨੂੰ ਜਿਹੜਾ ਵਾ ਪੂਰੀ ਤਹਿਸੀਲ ਦਾ ਦਰਜਾ ਦਿੱਤਾ ਜਾਏ। ਗੁਰਦਾਸਪੁਰ ਤੋਂ ਭਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।